ਸਥਾਨ ਪੁਲਿਸ ਨੇ ਬਿਨਾਂ ਸ੍ਰੀ ਮੁਕਤਸਰ ਸਾਹਿਬ ਪੁਲਿਸ ਨੂੰ ਦੱਸਿਆ ਦਿੱਤਾ ਇੱਕ ਵੱਡੀ ਕਾਰਵਾਈ ਨੂੰ ਅੰਜਾਮ, ਜੋ ਸ੍ਰੀ ਮੁਕਤਸਰ ਸਾਹਿਬ ਪੁਲਿਸ ਅਤੇ ਖੁਫੀਆ ਤੰਤਰ ਵਾਸਤੇ ਬੇਸ਼ਰਮੀ ਤੋਂ ਘੱਟ ਨਹੀਂ। ਸਾਜਨ ਨਾਮ ਦਾ ਇੱਕ ਵਿਅਕਤੀ ਆਇਆ ਸੀ ਜੀ, ਜੋ ਕਿ ਕਿਸੇ ਪਿੰਡ ਤੋਂ ਆਇਆ ਸੀ। ਉਹਨੇ ਮੈਨੂੰ ਮੋਬਾਈਲ ਵੇਚਿਆ, ਮੈਂ ਉਹਦਾ ਮੋਬਾਈਲ ਨੰਬਰ ਅਤੇ ਮਹਾਵੀਰ ਟੈਲੀਕੋਮ ਦਾ ਬਿੱਲ ਦੇਖ ਕੇ, ਉਸ ਬੰਦੇ ਕੋਲ ਪੁਰਾਣਾ ਮੋਬਾਈਲ ਖਰੀਦਿਆ ਸੀਗਾ ਅਤੇ ਉਹਨੂੰ ਫੋਨ ਸੇਲ ਕੀਤਾ ਸੀ ਨਵਾਂ। ਅਸੀਂ ਜਿਹੜੇ ਰਾਜਸਥਾਨ ਤੋਂ ਪੁਲਿਸ ਆਈ ਸੀ ਸਾਡੀ ਦੁਕਾਨ ਦੇ ਉੱਤੇ ਮੇਰੇ ਕੋਲ ਅਤੇ ਹੈਪੀ ਕੋਲ, ਅਸੀਂ ਉਹਨਾਂ ਨੂੰ ਪੁੱਛਿਆ ਵੀ ਸੈੱਟ ਦਾ ਕੀ ਰੋਲ ਹੈ। ਉਹ ਕਹਿੰਦੇ ਵੀ ਇਹ ਸੈੱਟ ਹੈ ਜਿਹੜਾ, ਇਸ ਸੈੱਟ ਦੇ ਰਾਹੀਂ ਜੋ ਇਹਦੀ ਪੇਮੈਂਟ ਕੀਤੀ ਗਈ ਆ, ਉਹ ATM ਦਾ ਕਿਸੇ ਨਾਲ 420 ਦਾ ਮੁਕੱਦਮਾ ਕਰਕੇ ਕਲੋਨ ਬਣਾ ਕੇ ਕਿਸੇ ਦਾ, ਉਹ ਇਹਦੀ ਪੇਮੈਂਟ ਉਸ ਕਲੋਨ ਤੋਂ ਕੀਤੀ ਗਈ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਹਾਂ ਗੁਰੂ ਪਿਆਰਿਓ, ਬਿਨਾਂ ਸਥਾਨਕ ਪੁਲਿਸ ਨੂੰ ਸੂਚਿਤ ਕੀਤਿਆਂ ਕਿਸੇ ਗੁਆਂਢੀ ਰਾਜ ਦੀ ਪੁਲਿਸ ਵੱਲੋਂ ਕਾਰਵਾਈ ਕਰਦਿਆਂ ਹੋਇਆਂ ਸ੍ਰੀ ਮੁਕਤਸਰ ਸਾਹਿਬ ਪੁਲਿਸ ਨੂੰ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਗਈ। ਬੇਸ਼ੱਕ ਹੁਣ ਸ੍ਰੀ ਮੁਕਤਸਰ ਸਾਹਿਬ ਦੀ ਪੁਲਿਸ ਜਾਂਚ ਵਿੱਚ ਜੁਟ ਚੁੱਕੀ ਹੈ, ਕਿਉਂਕਿ ਇੰਨੇ ਵੱਡੇ ਅਪਰਾਧ ਨੂੰ ਦੱਬਣ ਵਾਸਤੇ ਬੀਤੀ ਰਾਤ ਰਾਜਸਥਾਨ ਪੁਲਿਸ ਨੇ ਬਗੈਰ ਕਿਸੇ ਨੂੰ ਹਿਰਾਸਤ ਵਿੱਚ ਲਿੱਤਿਆਂ ਕਾਰਵਾਈ ਕੀਤੀ ਹੈ, ਪਰ ਸਥਾਨਕ ਪੁਲਿਸ ਦੇ ਨਾਲ ਨਾਲ ਖੁਫੀਆ ਤੰਤਰ ਨੂੰ ਠੱਗਿਆ ਦਿਖਾ ਕੇ ਗੁਆਂਢੀ ਰਾਜ ਦੀ ਪੁਲਿਸ ਵੱਲੋਂ ਕੀਤੀ ਗਈ ਇਸ ਕਾਰਵਾਈ ਨੇ ਪੁਲਿਸ ਦੇ ਨਾਮ ਤੇ ਸਵਾਲ ਚੁੱਕ ਦਿੱਤੇ ਨੇ, ਕਿਉਂਕਿ ਇੰਨੀ ਵੱਡੀ ਦਬਿਸ਼ ਦੀ ਖਬਰ ਨਾ ਪਤਾ ਚੱਲਣਾ ਹੀ ਖੁਫੀਆ ਤੰਤਰ ਦੇ ਲਈ ਬੇਸ਼ਰਮੀ ਤੋਂ ਘੱਟ ਦੀ ਲਾਣਤ ਨਹੀਂ ਹੈ। ਇਸ ਮਾਮਲੇ ਵਿੱਚ ਪੀੜਤ ਨੇ ਦੱਸਿਆ ਕਿ ਸ੍ਰੀ ਮੁਕਤਸਰ ਸਾਹਿਬ ਦੀ ਮਹਾਵੀਰ ਟੈਲੀਕਾਮ ਵਿਖੇ ATM ਦਾ ਕਲੋਨ ਬਣਾ ਕੇ ਖਰੀਦੇ ਗਏ 96,000 ਦੀ ਕੀਮਤ ਵਾਲੇ ਮੋਬਾਈਲ ਫੋਨਾਂ ਨੂੰ ਛੋਟੇ ਦੁਕਾਨਦਾਰਾਂ ਨੇ ਪੂਰੀ ਕਾਨੂੰਨੀ ਪ੍ਰਕਿਰਿਆ ਨੂੰ ਧਿਆਨ ਵਿੱਚ ਰੱਖ ਕੇ ਖਰੀਦਿਆ, ਕਿਉਂਕਿ ਇਹ ਬਿੱਲ ਸ੍ਰੀ ਮੁਕਤਸਰ ਸਾਹਿਬ ਦੀ ਇੱਕ ਵੱਡੀ ਮੋਬਾਈਲ ਏਜੰਸੀ ਤੋਂ ਵਿਕਿਆ ਸੀ, ਜਿਸ ਤੋਂ ਰਾਜਸਥਾਨ ਪੁਲਿਸ ਨੇ ਪਰਦਾ ਚੱਕ ਦਿੱਤਾ। ਸਾਜਨ ਨਾਮ ਦਾ ਇੱਕ ਵਿਅਕਤੀ ਆਇਆ ਸੀ ਜੀ, ਜੋ ਕਿ ਕਿਸੇ ਪਿੰਡ ਤੋਂ ਆਇਆ ਸੀ। ਉਹਨੇ ਮੈਨੂੰ ਮੋਬਾਈਲ ਵੇਚਿਆ, ਮੈਂ ਉਹਦਾ ਮੋਬਾਈਲ ਨੰਬਰ ਅਤੇ ਮਹਾਵੀਰ ਟੈਲੀਕੋਮ ਦਾ ਬਿੱਲ ਦੇਖ ਕੇ, ਉਸ ਬੰਦੇ ਕੋਲ ਪੁਰਾਣਾ ਮੋਬਾਈਲ ਖਰੀਦਿਆ ਸੀਗਾ ਅਤੇ ਉਹਨੂੰ ਫੋਨ ਸੇਲ ਕੀਤਾ ਸੀ ਨਵਾਂ। ਅਸੀਂ ਜਿਹੜੇ ਰਾਜਸਥਾਨ ਤੋਂ ਪੁਲਿਸ ਆਈ ਸੀ ਸਾਡੀ ਦੁਕਾਨ ਦੇ ਉੱਤੇ ਮੇਰੇ ਕੋਲ ਅਤੇ ਹੈਪੀ ਕੋਲ, ਅਸੀਂ ਉਹਨਾਂ ਨੂੰ ਪੁੱਛਿਆ ਵੀ ਸੈੱਟ ਦਾ ਕੀ ਰੋਲ ਹੈ। ਉਹ ਕਹਿੰਦੇ ਵੀ ਇਹ ਸੈੱਟ ਹੈ ਜਿਹੜਾ, ਇਸ ਸੈੱਟ ਦੇ ਰਾਹੀਂ ਜੋ ਇਹਦੀ ਪੇਮੈਂਟ ਕੀਤੀ ਗਈ ਹੈ, ਉਹ ATM ਦਾ ਕਿਸੇ ਨਾਲ 420 ਦਾ ਮੁਕੱਦਮਾ ਕਰਕੇ ਕਲੋਨ ਬਣਾ ਕੇ ਕਿਸੇ ਦਾ, ਉਹ ਇਹਦੀ ਪੇਮੈਂਟ ਉਸ ਕਲੋਨ ਤੋਂ ਕੀਤੀ ਗਈ ਹੈ। ਜ਼ਿਆਦਾ ਪੁੱਛ ਪੜਤਾਲ 'ਚ ਮੈਂ ਉਹਨਾਂ ਨੂੰ ਪੁੱਛਿਆ ਤਾਂ ਉਹ ਕਹਿੰਦੇ ਇੱਕ ਫੋਨ ਨਹੀਂ, ਇਹ ਕਾਫੀ ਫੋਨਾਂ ਦੇ ਨਾਲ ਮਤਲਬ ਕਿ ਇੱਦਾਂ ਦੀ ਠੱਗੀ ਵੱਜੀ ਹੈ। ਮੈਨੂੰ ਤਾਂ ਸਿਰਫ ਇਹੀ ਪਤਾ ਲੱਗਿਆ ਕਿ ਰਾਜਸਥਾਨ ਤੋਂ ਪੁਲਿਸ ਆਈ ਸੀ, ਉਹਨਾਂ ਨੇ ਸਾਨੂੰ ਸਿਰਫ ਇਹੀ ਦੱਸਿਆ ਕਿ ਇਹ ਫੋਨ ਆ ਜਿਹੜਾ, ਇਹ 420 ਜਿਵੇਂ ਆਪਾਂ ਕਹਿੰਦੇ ਕਿਸੇ ਦਾ ਕਾਰਡ ਯੂਜ਼ ਕਰਕੇ ਕਲੋਨ ਬਣਾਉਣਾ, ਉਸ ਕਲੋਨ ਤੋਂ ਖਰੀਦਿਆ ਗਿਆ। ਮੈਂ ਇਹ ਫੋਨ ਕੁਛ ਸਮਾਂ ਪਹਿਲਾਂ ਤੀਰਥ ਗਣਪਤੀ ਟੈਲੀਕਾਮ ਤੋਂ ਪਰਚੇਜ ਕੀਤਾ ਸੀ, ਪੁਰਾਣਾ ਹੈਂਡਸੈਟ ਪਰਚੇਜ ਕੀਤਾ ਸੀ, ਜਿਸ ਦਾ ਬਿੱਲ ਬੈਂਕ ਰੋਡ 'ਤੇ ਇੱਕ ਦੁਕਾਨ ਹੈ ਮਹਾਵੀਰ ਟੈਲੀਕਾਮ, ਉਹਦਾ ਬਿੱਲ ਸੀਗਾ ਜੀ। ਔਰ ਮੈਨੂੰ ਹੁਣ ਕੁਛ ਸਮਾਂ ਪਹਿਲਾਂ ਪਤਾ ਲੱਗਿਆ ਵੀ ਇਹ ਫੋਨ ਚੋਰੀ ਦਾ। ਮੈਂ ਨਾਲ ਦੀ ਨਾਲ ਹੀ ਫੋਨ ਲੈ ਕੇ ਉਹਦਾ ਬਾਕਸ ਲੈ ਕੇ ਗਣਪਤੀ ਟੈਲੀਕਾਮ ਤੀਰਥ ਕੋਲ ਗਿਆ ਅਤੇ ਉੱਥੇ ਰਾਜਸਥਾਨ ਦੀ ਪੁਲਿਸ ਬੈਠੀ ਸੀ, ਜਿਨ੍ਹਾਂ ਨੇ ਮੈਨੂੰ ਡਿਟੇਲ 'ਚ ਦੱਸਿਆ ਵੀ ਇਹ ਫੋਨ ਚੋਰੀ ਦਾ, ਇਹ ਫੋਨ ਇਕੱਠੇ ਬਲਕ ਦੇ ਵਿੱਚ ਚੋਰੀ ਹੋ ਕੇ ਮਾਵੀ ਟੈਲੀਕਾਮ 'ਤੇ ਆਏ ਆ ਔਰ ਮਾਵੀ ਟੈਲੀਕਾਮ ਦੇ ਉੱਪਰੋਂ ਇਹ ਫੋਨ ਅੱਗੇ ਸੇਲ ਕੀਤੇ ਜਾ ਰਹੇ ਹੈ। ਇਸ ਸਾਰੇ ਮਾਮਲੇ ਵਿੱਚ ਜਦੋਂ ਦੇਰ ਰਾਤ ਮੀਡੀਆ ਵੱਲੋਂ ਵਿਵਾਦਿਤ ਦੁਕਾਨਦਾਰ ਦੀ ਕਵਰੇਜ ਕਰਨੀ ਚਾਹੀਦਾ, ਪਹਿਲਾਂ ਦੁਕਾਨ ਦੇ ਅੰਦਰ ਦੀਆਂ ਸਾਰੀਆਂ ਲਾਈਟਾਂ ਬੰਦ ਕਰ ਦਿੱਤੀਆਂ ਗਈਆਂ, ਇਹ ਸਾਰੇ ਲੋਕ ਉੱਥੋਂ ਭੱਜਣ ਲੱਗੇ। ਭੱਜਦੇ ਹੋਏ ਇੱਕ ਦੁਕਾਨ ਕਰਮੀ ਨੇ ਦੱਸਿਆ ਕਿ ਉਹਨਾਂ ਨੂੰ ਇਸ ਮਾਮਲੇ ਬਾਰੇ ਕੁਝ ਵੀ ਨਹੀਂ ਪਤਾ। ਕਿੱਥੋਂ ਦੇ ਸੀ ਪੁਲਿਸ ਜਿਹੜੀ ਆਈ ਹੈ? ਮੈਨੂੰ ਕੋਈ ਪਤਾ ਹੀ ਨਹੀਂ ਵੀਰੇ ਇਹਦੇ ਬਾਰੇ, ਜਦੋਂ ਪਤਾ ਹੋਊਗਾ ਤਾਂ ਮੈਂ ਦੱਸ ਦਿੰਦਾ ਜੀ। ਸਰ ਕੋਈ ਮੋਬਾਈਲਾਂ ਦੀ ਚੋਰੀ ਦਾ ਮਾਮਲਾ ਦੱਸਿਆ ਜਰ, ਸਰ ਇਹ ਕੈਮਰੇ ਤੋਂ ਕਿਉਂ ਭੱਜ ਰਹੇ ਹੋ? ਗੁਆਂਢੀ ਰਾਜ ਦੀ ਪੁਲਿਸ ਵੱਲੋਂ ਨਾਜਾਇਜ਼ ਤੌਰ ਤੇ ਕੀਤੀ ਗਈ ਇਸ ਛਾਪੇਮਾਰੀ ਤੇ ਕਾਰਵਾਈ ਦੀ ਗੱਲ ਆਖੀ।
ਮੈਂ ਮੋਬਾਈਲ ਯੂਨੀਅਨ ਮੁਕਤਸਰ ਵੱਲੋਂ ਸਾਰੇ ਦੁਕਾਨਦਾਰਾਂ ਨੂੰ ਬੇਨਤੀ ਕਰਦਾ ਬਈ ਜੋ ਵੀ ਮੋਬਾਈਲ ਖਰੀਦਣਾ ਵੇਚਣਾ ਆਪਦਾ ਮੋਬਾਈਲ ਦਾ ਬਿੱਲ ਲੈ ਕੇ ਖਰੀਦਿਆ ਵੇਚਿਆ ਜਾਵੇ, ਅਤੇ ਕੋਈ ਵੀ ਗਲਤ ਕੰਮ ਹੁੰਦਾ ਉਹਦੇ ਵਿੱਚ ਯੂਨੀਅਨ ਕਿਸੇ ਦਾ ਵੀ ਸਾਥ ਨਹੀਂ ਦਊਗੀ। ਬਿਲਕੁਲ ਜੀ, ਮੈਨੂੰ ਪਤਾ ਲੱਗਿਆ ਮਹਾਂਵੀਰ ਟੈਲੀਕੋਮ 'ਤੇ ਕੱਲ੍ਹ ਕੋਈ ਛਾਪੇਮਾਰੀ ਹੋਈ ਆ, ਕੋਈ ਆਊਟਸਾਈਡਰ ਪੁਲਿਸ ਨੇ ਆ ਕੇ ਕੋਈ ਕਾਰਵਾਈ ਕੀਤੀ ਆ, ਪਰ ਉਹਨੇ ਕੋਈ ਰਿਟਨ ਜਾਂ ਵਰਬਲ ਇਤਲਾਹ ਸਾਨੂੰ ਕੋਈ ਨਹੀਂ ਦਿੱਤੀ ਹੈਗੀ, ਅਤੇ ਇਸ ਕਰਕੇ ਇਹਦੀ ਮੈਂ ਵੀ ਪੜਤਾਲ ਕਰ ਰਿਹਾ ਵੀ ਕੀ ਮੈਟਰ ਹੋਇਆ ਸੀ, ਕੀ ਗੱਲਬਾਤ ਹੋਈ ਹੈ, ਛਾਪੇਮਾਰੀ ਹੋਈ ਹੈ ਜਾਂ ਕੋਈ ਬੰਦਾ ਲੈ ਕੇ ਕੋਈ ਰਾਊਂਡ ਅਪ ਕੀਤਾ ਜਾਂ ਨਹੀਂ ਕੀਤਾ, ਕੋਈ ਸਮਾਨ ਸੀਜ਼ ਕੀਤਾ ਜਾਂ ਨਹੀਂ ਕੀਤਾ, ਉਹ ਕੁਛ ਵੀ ਕਲੀਅਰ ਨਹੀਂ ਹੈਗਾ। ਉਹਦੇ ਬਾਰੇ ਮੈਂ ਵੀ ਪੜਤਾਲ ਕਰ ਰਿਹਾ, ਔਰ ਇਹਦੇ 'ਚ ਜੇ ਆ ਵੀ ਜੇ ਇਹਨੇ ਵੀ ਕਿਸੇ ਨੇ ਲਾ ਦੀ ਕੋਈ ਵਾਇਲੇਸ਼ਨ ਕੀਤੀ ਹੋਈ ਜੋ ਬਣਦਾ ਪ੍ਰੋਸੀਜਰ ਉਹਨੂੰ ਅਡੋਪਟ ਨਾ ਕੀਤਾ ਹੋਇਆ, ਤਾਂ ਉਹਦੇ ਸੰਬੰਧੀ ਮਾਨਯੋਗ SSP ਸਾਹਿਬ ਦੇ ਧਿਆਨ 'ਚ ਲੈ ਕੇ ਬਣਦੀ ਕਾਰਵਾਈ ਜ਼ਰੂਰ ਕੀਤੀ ਜਾਊਗੀ। ਗੁਰਪ੍ਰੀਤ, ਤੁਸੀਂ ਆਪ ਸੋਚ ਸਕਦੇ ਹੋ ਕਿ ਗੁਆਂਢੀ ਰਾਜ ਦੀ ਪੁਲਿਸ ਪੰਜਾਬ ਦੇ ਵਿੱਚ ਆ ਕੇ ਸ਼੍ਰੀ ਮੁਕਤਸਰ ਸਾਹਿਬ ਵਿਖੇ ਆ ਕੇ ਦਬਿਸ਼ ਕਰਦੀ ਹੈ, ਛਾਪੇਮਾਰੀ ਕਰਦੀ ਹੈ, ਅਤੇ ਪੰਜਾਬ ਪੁਲਿਸ ਨੂੰ ਉਸ ਦੀ ਕਾਨੂੰ ਕਾਨ ਖਬਰ ਹੀ ਨਹੀਂ ਹੁੰਦੀ, ਖੁਫੀਆ ਤੰਤਰ ਨੂੰ ਉਸ ਦੀ ਕਾਨੂੰ ਕਾਨ ਖਬਰ ਨਹੀਂ ਹੁੰਦੀ ਜੋ ਸਾਡੇ ਖੁਫੀਆ ਤੰਤਰ ਦੀ ਪੋਲ ਖੋਲਦਾ ਹੋਇਆ ਨਜ਼ਰ ਆਉਂਦਾ ਹੈ, ਇਹਨਾਂ ਦੀ ਨਲਾਇਕੀ ਵਖਾਉਂਦਾ ਹੋਇਆ ਨਜ਼ਰ ਆਉਂਦਾ ਹੈ। ਹੁਣ ਵੇਖਣਾ ਇਹ ਹੋਵੇਗਾ ਕਿ SSP ਸਾਹਿਬ ਦੇ ਘੜੇ ਨਿਰਦੇਸ਼ਾਂ ਤੋਂ ਬਾਅਦ ਅੱਗੇ ਪੁਲਿਸ ਅਤੇ ਖੁਫੀਆ ਤੰਤਰ ਕੀ ਕਾਰਵਾਈ ਕਰਦਾ ਹੈ, ਅਤੇ ਇਸ ਮਾਮਲੇ ਦੇ ਵਿੱਚ ਹੋਰ ਨਵਾਂ ਕਿਹੜਾ ਮੋੜ ਆਉਂਦਾ ਹੈ। ਤੁਸੀਂ ਸਭ ਇਸ ਮਸਲੇ ਉੱਤੇ ਕੀ ਸੋਚਦੇ ਹੋ, ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ। ਵੀਡੀਓ ਚੰਗੀ ਲੱਗੀ ਹੋਵੇ ਲਾਈਕ ਅਤੇ ਸ਼ੇਅਰ ਵੀ ਜ਼ਰੂਰ ਕਰਨਾ। ਗੁਰਬਾਣੀ ਅਖਾਣਬਾਣੀ ਵਾਸਤੇ ਸ਼੍ਰੀ ਮੁਕਤਸਰ ਸਾਹਿਬ ਤੋਂ ਸੋਨੀ ਡੱਲਾ ਦੀ ਰਿਪੋਰਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਅਤੇ ਪੰਜਾਬੀਅਤ ਨਾਲ ਜੁੜੀ ਹਰ ਗਤੀਵਿਧੀ, ਸੱਤਾ ਅਤੇ ਸਿਆਸਤ ਦੀ ਹਰ ਖਬਰ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ, ਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।